17 ਸਤੰਬਰ ਦੇਸ਼ ਦੀ ਸਿਆਸਤ ਲਈ ਅਹਿਮ ਦਿਨ ਬਣ ਚੁੱਕਿਆ ਹੈ। 17 ਸਤੰਬਰ ਜਿੱਥੇ ਬੀਤੇ ਸਮੇਂ ਦਰਮਿਆਨ ਦੇਖਿਆ ਗਿਆ ਕਿ ਬੀਜੇਪੀ ਦੇ ਖੇਮੇ ਵਿੱਚ ਖੂਬ ਖੁਸ਼ੀਆਂ ਵਾਲਾ ਦਿਨ ਹੁੰਦਾ ਹੈ, ਪਰ ਉੱਧਰ ਇਸ ਵਾਰ ਇਸ ਦਿਨ ਦੀ ਦਿਲਚਸਪੀ ਪੂਰੇ ਦੇਸ਼ ਭਰ 'ਚ ਹੋ ਗਈ ਹੈ, ਕਿਉਂਕਿ ਇਸ ਦਿਨ ਜਿੱਥੇ PM ਮੋਦੀ ਦਾ ਜਨਮਦਿਨ ਹੈ ਅਤੇ ਉੱਥੇ ਹੀ ਹੁਣ ਕੇਜਰੀਵਾਲ ਨੇ ਸਿਆਸੀ ਪਾਲਾ ਪਲਟ ਕੇ ਰੱਖ ਦਿੱਤਾ ਹੈ। ਤਾਂ ਬੀਤੇ ਦਿਨ ਹੀ ਜਿਵੇਂ ਹੀ ਜੇਲ੍ਹ 'ਚੋਂ ਬਾਹਰ ਆਏ ਨੇ ਕੇਜਰੀਵਾਲ, ਤਾਂ ਉਹਨਾਂ ਵੱਲੋਂ ਵੱਡਾ ਐਲਾਨ 2 ਦਿਨ ਬਾਅਦ ਹੀ ਕਰ ਦਿੱਤਾ ਗਿਆ ਹੈ ਕਿ ਕੇਜਰੀਵਾਲ ਹੁਣ CM ਅਹੁਦੇ ਤੋਂ ਅਸਤੀਫਾ ਦੇਣਗੇ। ਤਾਂ ਉਹਨਾਂ ਨੇ ਅਗਨੀ ਪ੍ਰੀਖਿਆ ਦੀ ਗੱਲ ਕੀਤੀ ਹੈ ਕਿ ਮੈਂ ਆਪਣੇ ਆਪ ਨੂੰ ਅਗਨੀ ਪ੍ਰੀਖਿਆ 'ਚੋਂ ਕੱਢਾਂਗਾ, ਜੋ ਮੇਰੇ 'ਤੇ ਦੋਸ਼ ਲਗਾਏ ਗਏ ਨੇ ਉਹਨਾਂ ਦੋਸ਼ਾਂ ਨੂੰ ਧੋ ਕੇ ਜਨਤਾ ਵਿੱਚ ਜਾਵਾਂਗਾ, ਉਹਨਾਂ ਦੋਸ਼ਾਂ ਨੂੰ ਧੋਣ ਦੇ ਲਈ ਜਨਤਾ ਵਿੱਚ ਜਾਵਾਂਗਾ ਅਤੇ ਜਨਤਾ ਤੋਂ ਵੋਟ ਲੈ ਕੇ ਮੁੜ ਤੋਂ CM ਅਹੁਦੇ ਦੀ ਕੁਰਸੀ ਜਿਹੜੀ ਆ ਸੰਭਾਲਾਂਗਾ। ਇਹ ਬਿਆਨ ਹੈ ਜਿਹੜਾ ਬੀਤੇ ਕੱਲ੍ਹ ਹੀ ਅਰਵਿੰਦ ਕੇਜਰੀਵਾਲ ਨੇ ਦਿੱਤਾ ਹੈ ਅਤੇ ਇਸ ਬਿਆਨ ਤੋਂ ਬਾਅਦ ਸਿਆਸੀ ਪਾਰਾ ਜਿਹੜਾ ਉਹ ਪੂਰੇ ਸਿਖਰਾਂ 'ਤੇ ਭੱਗ ਚੁੱਕਿਆ, ਕਿਉਂਕਿ ਕੇਜਰੀਵਾਲ ਵੱਲੋਂ PM ਮੋਦੀ ਦਾ ਜਨਮਦਿਨ ਵੀ ਫਿੱਕਾ ਪਾ ਦਿੱਤਾ ਹੈ। ਤਾਂ ਬੀਤੇ ਕੱਲ੍ਹ ਹੀ ਜਿਵੇਂ ਐਲਾਨ ਹੁੰਦਾ ਹੈ ਤਾਂ 17 ਸਤੰਬਰ ਦਾ ਦਿਨ ਚੁਣਿਆ ਜਾਂਦਾ ਹੈ ਕਿ 17 ਸਤੰਬਰ ਨੂੰ ਆਪਣੇ CM ਅਹੁਦੇ ਤੋਂ ਅਸਤੀਫਾ ਦੇਣਗੇ ਅਰਵਿੰਦ ਕੇਜਰੀਵਾਲ, ਦਿੱਲੀ ਦੇ ਮੁੱਖ ਮੰਤਰੀ। ਤਾਂ ਜਿਵੇਂ ਹੀ ਇਹ ਬਿਆਨ ਸੁਰਖੀਆਂ ਬਣਦਾ ਹੈ ਜਾਂ ਚਰਚਾ 'ਚ ਆਉਂਦਾ ਹੈ, ਤਾਂ ਇਸ ਦੇ ਨਾਲ ਸਿਆਸੀ ਗਲਿਆਰਿਆਂ 'ਚ ਤਾਂ ਹਲਚਲ ਤੇਜ਼ ਹੁੰਦੀ ਹੀ ਹੈ। ਤਾਂ ਉੱਧਰ BJP ਦੇ ਖੇਮੇ ਵਿੱਚ ਵੀ ਵੱਡੀ ਭਗਦੜ ਮੱਚਦੀ ਨਜ਼ਰ ਆ ਰਹੀ ਹੈ, ਕਿਉਂਕਿ 17 ਸਤੰਬਰ ਭਲਕੇ 17 ਸਤੰਬਰ ਨੂੰ ਗੁਜਰਾਤ ਵਿੱਚ PM ਮੋਦੀ ਆਪਣਾ ਜਨਮਦਿਨ ਮਨਾਉਣਗੇ ਅਤੇ ਉੱਥੇ ਹੀ ਇਸੇ ਦਿਨ 17 ਸਤੰਬਰ ਨੂੰ ਇੱਕ ਜਿਹੜਾ ਰਾਜ ਦਿੱਲੀ ਦਾ ਜਿਹੜਾ ਅਗਵਾਈ ਕਰ ਰਿਹਾ CM ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇਵੇਗਾ ਅਤੇ ਸਰਕਾਰੀ ਤੌਰ 'ਤੇ ਅਸਤੀਫਾ ਦੇ ਕੇ ਉਹ ਇਸ ਅਹੁਦੇ ਤੋਂ ਪਰਾਂ ਹਟਣਗੇ, ਤਾਂ ਦੂਰ ਹਟਣਗੇ ਕੁਰਸੀ ਤੋਂ ਜਿੱਥੇ ਜੇਲ੍ਹ 'ਚ ਬੰਦ ਰਹੇ 177 ਦਿਨ ਜੇਲ੍ਹ 'ਚ ਲਾ ਕੇ ਆਏ ਕੇਜਰੀਵਾਲ ਅਤੇ ਉਹਨਾਂ ਨੂੰ ਲੈ ਕੇ ਵੱਖ ਵੱਖ ਬਿਆਨਬਾਜ਼ੀਆਂ ਵੱਖ ਵੱਖ ਸਮੇਂ 'ਤੇ ਸਾਹਮਣੇ ਆਈਆਂ। ਤਾਂ ਇਸ ਦੇ ਦਰਮਿਆਨ ਸਭ ਤੋਂ ਅਹਿਮ ਗੱਲ ਇਹ ਹੈ ਕਿ 17 ਸਤੰਬਰ ਚੁਣ ਕੇ ਇੱਕ ਵਾਰ ਫਿਰ ਤੋਂ ਕੇਜਰੀਵਾਲ ਨੇ ਸਿਆਸੀ ਧਮਾਕਾ ਕਰ ਦਿੱਤਾ ਹੈ ਕਿ 17 ਸਤੰਬਰ ਨੂੰ ਉਹ ਅਸਤੀਫਾ ਦੇਣ ਜਾ ਰਹੇ ਨੇ, ਜਿੱਥੇ ਇੱਕ ਪਾਸੇ ਪੂਰਾ ਜਿਹੜਾ ਗੋਦੀ ਮੀਡੀਆ ਉਹ ਪੂਰੇ ਜ਼ੋਰਾਂ ਸ਼ੋਰਾਂ 'ਤੇ ਜਸ਼ਨ ਮਨਾਉਣ ਦੇ ਲਈ ਜਾਂ ਕਹਿ ਸਕਦੇ ਹੋ ਕਿ ਜਨਮਦਿਨ ਦੀ ਕਵਰੇਜ ਕਰਨ ਦੇ ਲਈ ਪੂਰੀਆਂ ਤਿਆਰੀਆਂ ਕਰਕੇ ਬੈਠਾ ਸੀ, ਤਾਂ ਉੱਧਰ ਹੁਣ ਕੇਜਰੀਵਾਲ ਦੇ ਅਸਤੀਫੇ ਨੇ ਵੱਡੀ ਜਿਹੜੀ ਆ ਟਸਲ ਫਸਾ ਕੇ ਰੱਖ ਦਿੱਤੀ ਹੈ ਕਿ ਕੇਜਰੀਵਾਲ ਅਸਤੀਫਾ ਦੇਣ ਜਾ ਰਹੇ ਨੇ ਅਤੇ ਸਾਰੇ ਹੀ ਮੀਡੀਆ ਦਾ ਮੂੰਹ ਆ ਜਿਹੜਾ ਉਹ ਦਿੱਲੀ ਵੱਲ ਹੋ ਗਿਆ, ਤਾਂ ਸਾਰੇ ਮੀਡੀਆ ਦਾ ਕੈਮਰਾ ਜਿਹੜਾ ਉਹ ਹੁਣ ਦਿੱਲੀ ਵੱਲ ਹੋ ਗਿਆ ਅਤੇ ਦਿੱਲੀ ਦੀਆਂ ਜਿਹੜੀਆਂ ਖਬਰਾਂ ਨੇ, ਦਿੱਲੀ ਦੀਆਂ ਚਰਚਾਵਾਂ ਨੇ, ਉਹਨਾਂ 'ਤੇ ਹੁਣ ਫੋਕਸ ਕੀਤਾ ਜਾ ਰਿਹਾ। ਖਾਸ ਕਰਕੇ ਕੇਜਰੀਵਾਲ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਕਨਵੀਨਰ ਕੇਜਰੀਵਾਲ ਭਲਕੇ ਅਸਤੀਫਾ ਦੇਣਗੇ 17 ਸਤੰਬਰ ਨੂੰ, ਅਤੇ 17 ਸਤੰਬਰ ਨੂੰ ਜਸ਼ਨ ਆ ਜਿਹੜੇ ਉਹ PM ਮੋਦੀ ਦੇ ਜਨਮਦਿਨ ਦੇ ਬਣਾਏ ਜਾਣੇ ਸੀ, ਪਰ ਉਸ ਤੋਂ ਪਹਿਲਾਂ ਹੀ ਸਿਆਸੀ ਧਮਾਕਾ ਕੇਜਰੀਵਾਲ ਨੇ ਕੀਤਾ ਹੈ ਅਤੇ ਭਲਕੇ ਸਿਆਸੀ ਧਮਾਕਾ ਜਿਹੜਾ ਉਹ ਅਸਤੀਫੇ ਦੇ ਰੂਪ ਵਿੱਚ ਕਰਨ ਜਾ ਰਹੇ ਨੇ। ਹਾਲਾਂਕਿ ਬੀਤੇ ਕੱਲ੍ਹ ਐਲਾਨ ਕੀਤਾ, ਇਸ ਦੇ ਨਾਲ ਸਿਆਸੀ ਪਾਰਾ ਵਧਿਆ, ਸਿਆਸੀ ਹਲਚਲ ਤੇਜ਼ ਹੋਈ, ਤਾਂ ਇਸੇ ਤੋਂ ਬਾਅਦ ਸਭ ਤੋਂ ਅਹਿਮ ਗੱਲ ਇਹ ਸਾਹਮਣੇ ਆਈ ਕਿ ਆਖਿਰਕਾਰ 17 ਸਤੰਬਰ ਯਾਨੀ ਕਿ ਐਤਵਾਰ ਨੂੰ ਜਦੋਂ ਐਲਾਨ ਹੁੰਦਾ ਕੇਜਰੀਵਾਲ ਵੱਲੋਂ ਕਿ ਮੈਂ 2 ਦਿਨ ਬਾਅਦ ਅਸਤੀਫਾ ਦੇਵਾਂਗਾ, ਤਾਂ 2 ਦਿਨ ਬਾਅਦ ਦਾ ਟੀਚਾ ਹੁੰਦਾ ਜਿਹੜਾ ਉਹ ਹੁੰਦਾ ਹੈ 17 ਸਤੰਬਰ। ਤਾਂ 17 ਸਤੰਬਰ ਨੂੰ ਲੈ ਕੇ ਇਹ ਚਰਚਾ ਛਿੜੀ ਕਿ ਆਖਿਰਕਾਰ 17 ਸਤੰਬਰ ਹੀ ਕਿਉਂ ਚੁਣਿਆ ਗਿਆ। ਤਾਂ ਫਿਰ ਸਭ ਦੀ ਨਜ਼ਰ ਪਈ ਕਿ PM ਮੋਦੀ ਵੀ 17 ਸਤੰਬਰ ਨੂੰ ਜਨਮਦਿਨ ਆਪਣਾ ਮਨਾਉਣ ਜਾ ਰਹੇ ਨੇ, ਜਿੱਥੇ ਤੀਜੀ ਵਾਰ ਦੇਸ਼ ਵਿੱਚ
ਸਰਕਾਰ ਹੈ ਜਿਹੜੀ ਉਹ ਬੀਜੇਪੀ ਦੀ ਬਣੀ ਆ। ਹਾਲਾਂਕਿ ਜੇਕਰ ਐਨਡੀਏ ਦੀ ਸਰਕਾਰ ਕਹੀਏ ਤਾਂ ਇਸ ਵਾਰ ਨਰੋਲ ਐਨਡੀਏ ਦੀ ਸਰਕਾਰ ਹੈ, ਅਤੇ ਉੱਧਰ ਜੇਕਰ ਦੇਖਿਆ ਜਾਵੇ ਕਿ ਬੀਜੇਪੀ ਅਗਵਾਈ ਕਰ ਰਹੀ ਹੈ ਇਸ ਸਰਕਾਰ ਦੀ, ਪਰ ਮੋਦੀ ਤੀਜੀ ਵਾਰ PM ਬਣੇ ਨੇ ਅਤੇ ਤੀਜੀ ਵਾਰ ਪ੍ਰਧਾਨ ਮੰਤਰੀ ਬਣ ਕੇ ਉਹ ਆਪਣਾ ਜਨਮ ਦਿਨ ਦਾ ਕੇਕ ਕੱਟਣਗੇ। ਪਰ ਇਹ ਕੇਕ ਆ ਕਿਤੇ ਨਾ ਕਿਤੇ ਜਿਹੜਾ ਉਹ ਸਿਆਸੀ ਤੌਰ 'ਤੇ ਫਿੱਕਾ ਪੈਂਦਾ ਨਜ਼ਰ ਆ ਰਿਹਾ, ਕਿਉਂਕਿ ਇਸ ਦਿਨ ਦੇਸ਼ ਵਿੱਚ ਸਭ ਤੋਂ ਵੱਡਾ ਸਿਆਸੀ ਧਮਾਕਾ ਜਿਹੜਾ ਉਹ ਅਸਤੀਫੇ ਦੇ ਰੂਪ ਵਿੱਚ ਅਰਵਿੰਦ ਕੇਜਰੀਵਾਲ ਕਰਨ ਜਾ ਰਹੇ ਨੇ। ਤਾਂ ਇੱਕ ਬਿਆਨ ਜਦੋਂ ਕੇਜਰੀਵਾਲ ਦਾ 11 ਮਈ 2024 ਨੂੰ ਆਉਂਦਾ, ਜਿਵੇਂ ਹੀ ਉਹ ਜੇਲ੍ਹ ਤੋਂ ਬਾਹਰ ਆਉਂਦੇ ਨੇ ਜ਼ਮਾਨਤ 'ਤੇ ਅਤੇ ਚੋਣ ਪ੍ਰਚਾਰ ਪੂਰੇ ਸਿਖਰਾਂ 'ਤੇ ਚੱਲ ਰਿਹਾ ਹੁੰਦਾ ਲੋਕ ਸਭਾ ਦਾ, ਤਾਂ ਕੇਜਰੀਵਾਲ ਦਾ ਇੱਕ ਬਿਆਨ ਸਾਹਮਣੇ ਆਉਂਦਾ। ਕੇਜਰੀਵਾਲ ਕਹਿੰਦੇ ਆ ਕਿ ਜਿਹੜੇ ਆਉਣ ਵਾਲਾ ਪ੍ਰਧਾਨ ਮੰਤਰੀ ਹੋਏਗਾ BJP ਦਾ, ਉਹ 17 ਸਤੰਬਰ ਤੋਂ ਬਾਅਦ ਬਦਲ ਦਿੱਤਾ ਜਾਏਗਾ। ਯਾਨੀ ਕਿ PM ਮੋਦੀ ਜਿਹੜੇ ਆ ਉਹ ਉਮਰ ਦੇ ਪੱਖੋਂ ਵੱਧ ਉਮਰ ਵਾਲੇ ਜਿਹੜੀ ਸੀਮਾ ਰੇਖਾ ਉਹ ਵੱਧ ਜਾਏਗੀ, ਅਤੇ ਜੋ RSS ਦੀ ਸੀਮਾ ਰੇਖਾ ਹੈ ਜਾਂ ਕਹਿ ਸਕਦੇ ਹੋ ਕਿ BJP ਦੀ ਜਿਹੜੀ ਸੀਮਾ ਰੇਖਾ ਬਣਾਈ ਹੋਈ ਆ ਪ੍ਰਧਾਨ ਮੰਤਰੀ ਦੀ ਉਮਰ ਨੂੰ ਲੈ ਕੇ, ਉਸ ਉਮਰ 'ਚ ਵਾਧਾ ਹੋ ਜਾਏਗਾ 17 ਸਤੰਬਰ ਨੂੰ, ਜਿਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਥਾਂ ਕਿਸੇ ਹੋਰ ਨੂੰ ਪ੍ਰਧਾਨ ਮੰਤਰੀ ਬਣਾਇਆ ਜਾਏਗਾ। ਸਵਾਲ ਪੁੱਛਿਆ ਸੀ ਕੇਜਰੀਵਾਲ ਨੇ ਕਿ ਤੁਸੀਂ ਦੱਸੋ ਕਿ ਤੁਹਾਡਾ ਪ੍ਰਧਾਨ ਮੰਤਰੀ ਕੌਣ ਆ ਆਉਣ ਵਾਲਾ, ਤਾਂ ਇਸ ਬਿਆਨ ਤੋਂ ਬਾਅਦ ਜੋ ਸਿਆਸੀ ਪਾਰਾ ਭਖਿਆ ਸੀ, ਸਿਆਸੀ ਹਲਚਲ ਪੈਦਾ ਹੋਈ ਸੀ, ਸਿਆਸੀ ਭੁਚਾਲ ਆਇਆ ਸੀ, ਉਸਦਾ ਇਹ ਰੂਪ ਬਣ ਕੇ ਸਾਹਮਣੇ ਆਇਆ ਕਿ BJP ਨੂੰ ਵਾਰ ਵਾਰ ਪ੍ਰੈਸ ਕਾਨਫਰੰਸ ਕਰਕੇ ਲੋਕਾਂ ਨੂੰ ਜਿਹੜੇ ਆ ਇੱਕ ਭਰੋਸਾ ਦਿੱਤਾ ਗਿਆ ਕਿ PM ਮੋਦੀ ਹੀ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਬਣੇ ਰਹਿਣਗੇ ਅਤੇ ਕਿਸੇ ਤਰ੍ਹਾਂ ਦੀ ਬਦਲਾਅ ਜਿਹੜਾ ਉਹ ਨਹੀਂ ਕੀਤਾ ਜਾਏਗਾ। ਪਹਿਲਾਂ ਤੁਸੀਂ ਕੇਜਰੀਵਾਲ ਦਾ ਇਹ ਬਿਆਨ ਸੁਣੋ ਕਿ ਉਹਨਾਂ ਨੇ 11 ਮਈ 2024 ਨੂੰ ਦੇਸ਼ ਦੀ ਸਿਆਸਤ ਵਿੱਚ ਇੱਕ ਬਿਆਨ ਨਾਲ ਕਿਵੇਂ ਵੱਡੀ ਹਲਚਲ ਪੈਦਾ ਕੀਤੀ ਸੀ। ਅੱਜ ਇੱਕ ਬਹੁਤ ਮਹੱਤਵਪੂਰਨ ਬਾਤ ਕਰਨੇ ਜਾ ਰਹਾ ਹੂੰ, ਉਸਕੋ ਧਿਆਨ ਸੇ ਸੁਣਨਾ। ਯੇ ਲੋਗ ਇੰਡੀਆ ਗਠਬੰਧਨ ਸੇ ਪੂਛਤੇ ਹੈ ਆਪਕਾ ਪ੍ਰਧਾਨ ਮੰਤਰੀ ਕੌਣ ਹੋਗਾ, ਮੈਂ BJP ਸੇ ਪੂਛਤਾ ਹੂੰ ਆਪਕਾ ਪ੍ਰਧਾਨ ਮੰਤਰੀ ਕੌਣ ਹੋਗਾ। ਆਪ ਲੋਕ ਸੋਚ ਰਹੇ ਹੋਗੇ ਕੇਜਰੀਵਾਲ ਕਿਆ ਬਾਤ ਕਰ ਰਹਾ, ਮੋਦੀ ਜੀ ਹੋਗੇ, ਨਹੀਂ, ਮੋਦੀ ਜੀ ਅਗਲੇ ਸਾਲ 17 ਸਤੰਬਰ ਕੋ 75 ਸਾਲ ਕੇ ਹੋ ਰਹੇ ਹੈ। BJP ਕੇ ਅੰਦਰ ਮੋਦੀ ਜੀ ਨੇ 2014 ਮੈਂ ਮੋਦੀ ਜੀ ਨੇ ਖੁਦ ਨੇ ਰੂਲ ਬਣਾਇਆ ਥਾ ਕਿ BJP ਕੇ ਅੰਦਰ ਜੋ ਵੀ 75 ਸਾਲ ਕਾ ਹੋਗਾ ਉਸਕੋ ਰਿਟਾਇਰ ਕਰ ਦਿਆ ਜਾਏਗਾ। ਸਬਸੇ ਪਹਿਲੇ ਅਡਵਾਨੀ ਜੀ ਕੋ ਰਿਟਾਇਰ ਕੀਆ ਗਿਆ, ਉਸਕੇ ਬਾਅਦ ਮੁਰਲੀ ਮਨੋਹਰ ਜੋਸ਼ੀ ਜੀ ਕੋ ਰਿਟਾਇਰ ਕੀਆ ਗਿਆ, ਫਿਰ ਸੁਮਿਤਰਾ ਮਹਾਜਨ ਕੋ ਰਿਟਾਇਰ ਕੀਆ ਗਿਆ, ਫਿਰ ਯਸ਼ਵੰਤ ਸਿਨਹਾ ਕੋ ਰਿਟਾਇਰ ਕੀਆ ਗਿਆ। ਅਬ ਮੋਦੀ ਜੀ ਅਗਲੇ ਸਾਲ 17 ਸਤੰਬਰ ਕੋ ਰਿਟਾਇਰ ਹੋਣੇ ਵਾਲੇ ਹੈ। ਤੋ ਮੈਂ BJP ਸੇ ਪੁੱਛਣਾ ਚਾਹਤਾ ਹੂੰ ਆਪਕਾ ਪ੍ਰਧਾਨ ਮੰਤਰੀ ਕਾ ਦਾਅਵੇਦਾਰ ਕੌਣ ਹੈ। ਸਾਲ 17 ਸਤੰਬਰ ਤੱਕ ਅਗਰ ਇਨਕੀ ਸਰਕਾਰ ਬਣੀ ਤੋ ਉਸ ਪੇ ਵੀ ਆਊਂਗਾ ਮੈਂ, ਅਗਰ ਇਨਕੀ ਸਰਕਾਰ ਬਣੀ ਤੋ ਪਹਿਲੇ ਅਗਲੇ 2 ਮਹੀਨੇ ਮੈਂ ਯੋਗੀ ਜੀ ਕੋ ਨਿਪਟਾਏਂਗੇ ਯੇ, ਔਰ ਉਸਕੇ ਬਾਅਦ ਮੋਦੀ ਜੀ ਕੇ ਸਬਸੇ ਖਾਸ ਅਮਿਤ ਸ਼ਾਹ ਕੋ ਯੇ ਪ੍ਰਧਾਨ ਮੰਤਰੀ ਬਣਾਏਂਗੇ। ਤੋ ਮੈਂ ਲੋਗੋ ਕੋ ਦੇਸ਼ ਕੇ ਲੋਗੋ ਕੋ ਆਗਾਹ ਕਰਨਾ ਚਾਹਤਾ ਹੂੰ, ਮੋਦੀ ਜੀ ਆਪਣੇ ਲਈ ਵੋਟ ਨਹੀਂ ਮੰਗ ਰਹੇ, ਅਮਿਤ ਸ਼ਾਹ ਕੋ ਪ੍ਰਧਾਨ ਮੰਤਰੀ ਬਣਾਨੇ ਕੇ ਲਈ ਵੋਟ ਮੰਗ ਰਹੇ ਹੈ। ਮੈਂ ਪੁੱਛਣਾ ਚਾਹਤਾ ਹੂੰ ਮੋਦੀ ਜੀ ਸੇ ਔਰ ਅਮਿਤ ਸ਼ਾਹ ਜੀ ਸੇ, ਯੇ ਮੋਦੀ ਕੀ ਗਾਰੰਟੀ ਪੂਰੀ ਕੌਣ ਕਰੇਗਾ,
क्या अमित शाह मोदी की गारंटी पूरी करेंगे? जब आप अगर जो वैसे तो मेरे को लगता है मैं भी आऊंगा उसके ऊपर, मुझे नहीं लगता इनकी सरकार बन रही है, लेकिन जो बीजेपी को वोट देने जाएं कि आप मोदी जी के नाम पे वोट नहीं दे रहे, आप अमित शाह के नाम पे वोट दे रहे। अब एक खुशखबरी है आप लोगों के लिए, अब एक खुशखबरी है, सबको बता देना जो मैंने बातें कही हैं, बड़ी सोच समझ के कही हैं, वहां बैठ के यही सोच रहा था 50 दिन से। दोस्तों पूरे देश के मेरे को बाहर निकले हुए 20 घंटे हो गए, इन 20 घंटों के अंदर भी मैंने रात भर में जनता से बात कर रहा था, लोगों से फोन कर रहा था। क्या बोल रहा? रात को आंधी आई थी, पिछले 20 घंटे में मैंने जो बातचीत करी है, कई बड़े बड़े एक्सपर्ट से बात की, चुनाव विश्लेषकों से बात की, सेफोलॉजिस्ट से बात की, जनता से बात की, फोन पे लोगों से, मेरा अपना आकलन है कि 4 जून के बाद इनकी सरकार नहीं बन रही, मोदी सरकार नहीं बन रही। दोस्तों अगर मैं गलत हूं तो मेरे को बताना, हरियाणा में इनकी सीट कम हो रही है, राजस्थान में कम हो रही है, कर्नाटक में कम हो रही है, दिल्ली में कम हो रही है, बिहार में कम हो रही है, महाराष्ट्र में कम हो रही है, कर्नाटक में कम हो रही है, बंगाल में कम हो रही है, झारखंड में कम हो रही है, बढ़ कहां रही है? यूपी में कम हो रही है, बढ़ कहां रही है? बढ़ एक भी जगह इनकी सीटें नहीं बढ़ रही हैं। मेरा अपना मानना है, और सट्टा बाजार में भी जो चल रहा है, इनकी 220 से 230 के बीच में सीट आ रही है, उससे ज्यादा सीट नहीं आ रही। मोदी सरकार नहीं बन रही है, केंद्र में इंडिया गठबंधन की सरकार बन रही है, आम आदमी पार्टी उस सरकार का हिस्सा होगी, दिल्ली को पूर्ण राज्य दिलाएंगे, दिल्ली का एलजी लोगों का एलजी होगा, दिल्ली का एलजी दिल्ली वालों का एलजी होगा, गुजरात से आया हुआ अभी। एक और पॉइंट है, जब मैं जेल के अंदर था तो कुछ लोगों ने यह मुद्दा उठाया, केजरीवाल सीएम पद से इस्तीफा क्यों नहीं देता? दोस्तों केजरीवाल को कभी किसी पद का लालच नहीं हुआ, मैं यहां मंत्री मुख्यमंत्री प्रधानमंत्री ये सब बनने नहीं आया, इनकम टैक्स में कमिश्नर की नौकरी करता था, कमिश्नर की नौकरी छोड़ के दिल्ली की झुग्गियों के अंदर 1 नहीं 2 नहीं 3 नहीं 10 साल तक मैंने दिल्ली की झुग्गियों के अंदर काम किया है, सुंदर नगरी और नंद नगरी की झुग्गियों के अंदर, इनकम टैक्स कमिश्नर की नौकरी छोड़ के, असूलों के ऊपर 49 दिन के अंदर सीएम पद से इस्तीफा दे दिया था, एक चपरासी की नौकरी कोई नहीं छोड़ता, सीएम बनने के लिए लोग अपना दाया हाथ कटाने के लिए तैयार होते हैं, मैंने खुद से अपने आप सीएम की कुर्सी को लात मार दी थी 49 दिन के अंदर,
मेरे लिए सीएम पद इंपॉर्टेंट नहीं है। आज मैंने सीएम पद से इस्तीफा क्यों नहीं दिया जेल जाने के बाद? दोस्तों, पिछले 75 साल में भारतवर्ष में इतने राज्यों के चुनाव हुए, इतने राज्यों के चुनाव हुए, दिल्ली के अंदर सबसे ऐतिहासिक बहुमत से आम आदमी पार्टी जीती, 55-56% वोट, एक बार 67 सीट, एक बार 62 सीट, इतने भारी बहुमत से आज तक कोई राज्य की सरकार 75 साल में नहीं जीती। इतने भारी बहुमत से जीतने के बावजूद झूठा केस, अब उनको पता है वो हमें हरा नहीं सकते दिल्ली के अंदर, उन्हें पता है अगले 20 साल तक दिल्ली में आम आदमी पार्टी को कोई नहीं हरा सकता, तो उन्होंने एक षड्यंत्र रचा, राजनीतिक षड्यंत्र रचा, केजरीवाल को झूठे केस में जेल भेज दो, केजरीवाल को इस्तीफा देना पड़ेगा, केजरीवाल की सरकार गिर जाएगी। उन्होंने यह षड्यंत्र रचा, मैंने कहा मैं भी इस्तीफा नहीं दूंगा। तुम अगर जनतंत्र को जेल में कैद करोगे तो जनतंत्र जेल से चला के दिखाएंगे दोस्तों, सरकार भी जेल से चला के दिखाएंगे, कतई इस्तीफा तुम्हारे ट्रैप में फंसने वाले नहीं हम। ये अगर हेमंत सोरेन साहब को भी इस्तीफा नहीं देना चाहिए था, जेल से सरकार चलानी चाहिए थी। अगर हमने इस्तीफा दे दिया ये तो बड़ा अच्छा इनके लिए, जिस राज्य के अंदर ये चुनाव हारेंगे उसके मुख्यमंत्री को पकड़ के जेल में डाल दो, सरकार गिरा दो, उसके मुख्यमंत्री को पकड़ के जेल में डाल दो सरकार। आज मैं अगर दिल्ली की जेल के अंदर रह के दिल्ली की जेल से इस्तीफा नहीं दे रहा, वो इस तानाशाही के खिलाफ संघर्ष कर रहा हूं, इसको समझ लेना। केजरीवाल को किसी पद का लालच नहीं है, सीएम तो 100 सीएम की कुर्सी देश के नाम कुर्बान है दोस्तों। मुझे पता चला मेरे जेल जाने से बहुत लोग भावुक हुए, खासकर मेरी माँ बहनें महिलाएं बहुत रोई, कईयों ने बहुत मन्नतें मांगी। मैं सबका बहुत बहुत शुक्रिया अदा करना चाहता हूँ जिन लोगों ने अपनी दुआएं, करोड़ों करोड़ों लोगों ने अपनी दुआएं भेजी हैं, पूरी दुनिया भर से करोड़ों लोगों ने दुआएं भेजी, उन्हीं के आशीर्वाद का कमाल है कि आज मैं आप लोगों के बीच में हूँ। आप लोग सब लोग सुखी रहें, देश खूब तरक्की करे, फले फूले, आप सब लोग खूब खुश रहें, ऐसी मेरी प्रभु से इच्छा है। भारत माता की। जिवें ही यह बयान सुर्खियों विच आंदा है तो इस बयान ने केजरीवाल दे ने जड़ा पूरी हलचल है वह सियासी तौर पर मचा के रख दी सी, ते सियासी भूचाल है जिहड़ा वह देश की सियासत विच आया सी, जिसनूं लैके बीजेपी नूं लोकां ते भरोसा बनाई रखण दे लई अते भरोसा जिहड़ा लोकां दा बनाउण दे लई वड्डा जिहड़ा कदम चुकदिआं बार बार प्रैस कॉन्फ्रेंस कीती अते बार बार लोकां नूं यकीन दवाया कि जेकर 17 सितंबर नूं पीएम मोदी की उम्र रेखा जिहड़ी आ उम्र जिहड़ी आ वध जांदी है अते सीमा रेखा तों उम्र वध जाएगी तां वी जिहड़े पीएम दे अहुदे ते बने रहणगे मोदी, क्योंकि मोदी दी अगवाई विच प्रचार किया जा रहा सी, मोदी मोदी दे नारे लग रहे सी, ते जिहड़ा डर सीगा बीजेपी नूं ओह सीगा कि किते लोकां दा भरोसा बीजेपी तों ना उठ जावे अते वड्डा जिहड़ा उहनां नूं घाटा चोणां विच ना देखना पै जावे। तां इस बयान तों बाद इक तों बाद इक प्रैस कॉन्फ्रेंस करके बीजेपी ने भरोसा जताया, लोकां नूं भरोसा दिता है कि बीजेपी दे जिहड़े अगले प्रधानमंत्री आ ओह पीएम मोदी ही रहणगे। तां उधर जेकर देखिया जावे कि बीते कल ही केजरीवाल दा यह बयान सामने आंदा कि वह 2 दिन बाद अस्तीफा देण जा रहे हैं, तां इस ने
ਸਿਆਸੀ ਤੌਰ 'ਤੇ ਜੇ ਕਰ ਦੇਖਿਆ ਜਾਵੇ ਸਿਆਸੀ ਤੌਰ 'ਤੇ ਵੱਡਾ ਧਮਾਕਾ ਕਰਕੇ ਰੱਖ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤੀਜੀ ਵਾਰ ਬਣੀ ਸਰਕਾਰ ਅਤੇ ਤੀਜੀ ਵਾਰ ਬਣੇ ਪ੍ਰਧਾਨ ਮੰਤਰੀ ਮੋਦੀ ਦੇ ਜਨਮ ਦਿਨ ਦੀ ਜਿਹੜੇ ਆ ਸੁਰਾਂ ਨੇ ਜਨਮ ਦਿਨ ਦਾ ਜਿਹੜਾ ਉਤਸ਼ਾਹ ਆ ਉਹ ਕਿਤੇ ਨਾ ਕਿਤੇ ਫਿੱਕਾ ਪਾ ਦਿੱਤਾ ਹੈ ਕਿਉਂਕਿ ਭਲਕੇ ਸਾਰੇ ਮੀਡੀਆ ਦਾ ਜਿਹੜਾ ਰੁੱਖ ਹੈ ਉਹ ਦਿੱਲੀ ਵੱਲ ਹੋਏਗਾ ਅਤੇ ਕੈਮਰਾ ਜਿਹੜਾ ਉਹ ਦਿੱਲੀ ਦੇ ਵੱਲ ਜ਼ਰੂਰ ਘੁੰਮੇਗਾ ਕਿਉਂਕਿ ਕੇਜਰੀਵਾਲ 'ਤੇ ਨਿਗਾਹਾਂ ਟਿਕਿਆ ਰਹਿਣਗੀਆਂ ਕਿ ਕਦੋਂ ਉਹ ਅਸਤੀਫੇ ਦਾ ਐਲਾਨ ਕਰ ਰਹੇ ਨੇ ਅਤੇ ਕਿੱਥੋਂ ਅਤੇ ਕਿਹੜੇ ਹਾਲਾਤਾਂ ਵਿੱਚ ਉਹਨਾਂ ਨੇ ਐਲਾਨ ਕੀਤਾ ਹੈ ਅਤੇ ਇਹ ਸਾਰੀ ਕਵਰੇਜ ਦੇ ਲਈ ਮੀਡੀਆ ਹੁਣ ਰੁੱਖ ਹੈ ਜਿਹੜਾ ਉਹ ਦਿੱਲੀ ਵੱਲ ਕਰ ਰਿਹਾ ਅਤੇ ਖਾਸ ਗੱਲ ਇਹ ਹੈ ਕਿ ਬੀਜੇਪੀ ਵੱਲੋਂ ਬੀਤੇ ਭਲਕੇ ਜਿਹੜੇ ਆ ਜਨਮਦਿਨ ਮਨਾਇਆ ਜਾਣਾ ਉਸਦੀਆਂ ਤਿਆਰੀਆਂ ਜਿਹੜੀਆਂ ਚੱਲ ਰਹੀਆਂ ਸੀ ਗੁਜਰਾਤ ਵਿੱਚ ਵੱਡਾ ਜਸ਼ਨ ਮਨਾਇਆ ਜਾਣਾ ਹੈ ਪਰ ਉਸ ਤੋਂ ਪਹਿਲਾਂ ਹੀ ਇਹ ਵੱਡਾ ਬਿਆਨ ਸਾਹਮਣੇ ਆਉਂਦਾ ਪਹਿਲਾਂ ਕੇਜਰੀਵਾਲ ਦਾ ਉਹ ਤੁਸੀਂ ਬਿਆਨ ਸੁਣੋ ਜਿਸ ਬਿਆਨ ਨੇ ਇੱਕ ਵਾਰ ਫਿਰ ਤੋਂ ਸਿਆਸਤ ਵਿੱਚ ਵੱਡਾ ਭੂਚਾਲ ਲਿਆ ਕੇ ਰੱਖ ਦਿੱਤਾ ਹੈ ਕੋਰਟ ਨੇ ਹਮੇ ਬੇਲ ਦੇ ਦੀ ਅਭੀ ਬੇਲ ਤੱਕ ਹੀ ਦੇ ਸਕਤਾ ਥਾ ਅਬ ਇਹ ਕੇਸ ਚਲੇਗਾ ਮੈਨੇ ਵਕੀਲੋ ਸੇ ਪੂਛਾ ਮੈਨੇ ਕਹਾ ਮੇਰਾ ਦਿਲ ਕਹਿਤਾ ਹੈ ਕਿ ਜਬ ਤੱਕ ਇਹ ਮੈਂ ਕੋਰਟ ਸੇ ਬਰੀ ਹੋ ਕੇ ਨਾ ਜਾਊਂ ਤਬ ਤੱਕ ਮੈਂ ਸੀਐਮ ਕੀ ਕੁਰਸੀ ਪੇ ਨਹੀਂ ਬੈਠੂੰਗਾ ਉਹਨਾਂ ਨੇ ਕਹਾ ਜੀ ਇਹ 10 ਸਾਲ ਚਲੇਗਾ ਕੇਸ ਕੋਈ ਕਹਿ ਰਿਹਾ 15 ਸਾਲ ਚਲੇਗਾ ਕੇਸ ਕੋਈ ਕਹਿ ਰਿਹਾ 20 ਸਾਲ ਚਲੇਗਾ ਕੇਸ ਤੋ ਕੇਸ ਹੀ ਅਭੀ ਲੰਬਾ ਚਲੇਗਾ ਆਜ ਕੋਰਟ ਜਿਤਨਾ ਕਰ ਸਕਤਾ ਥਾ ਕੋਰਟ ਨੇ ਹਮਾਰੇ ਪਕਸ਼ ਮੇ ਨਿਰਣੇ ਲਿਆ ਹੈ ਹਮੇ ਬੇਲ ਦੇ ਦੀ ਉਹਨਾਂ ਨੇ ਐਸੇ ਕਾਨੂੰਨ ਮੇ ਜਿਸ ਮੇ ਬੇਲ ਮਿਲਨੀ ਨਾਮੁਮਕਿਨ ਹੋਤੀ ਹੈ ਉਹਨਾਂ ਨੇ ਬੇਲ ਦੇ ਦੀ ਆਜ ਮੈਂ ਆਪਕੀ ਅਦਾਲਤ ਮੇ ਆਇਆ ਹੂੰ ਜਨਤਾ ਕੀ ਅਦਾਲਤ ਮੇ ਆਇਆ ਹੂੰ ਆਪਸੇ ਪੁੱਛਣੇ ਕੇ ਲਿਏ ਆਇਆ ਹੂੰ ਕਿਆ ਆਪ ਕੇਜਰੀਵਾਲ ਕੋ ਇਮਾਨਦਾਰ ਮਾਨਤੇ ਹੋ ਕਿ ਗੁਨਾਹਗਾਰ ਮਾਨਤੇ ਹੋ ਮੈਂ ਦਿੱਲੀ ਕੀ ਜਨਤਾ ਸੇ ਪੁੱਛਣਾ ਚਾਹਤਾ ਹੂੰ ਮੈਂ ਦੇਸ਼ ਕੀ ਜਨਤਾ ਸੇ ਪੁੱਛਣਾ ਚਾਹਤਾ ਹੂੰ ਕਿ ਕਿਆ ਕੇਜਰੀਵਾਲ ਇਮਾਨਦਾਰ ਹੈ ਕਿ ਗੁਨਾਹਗਾਰ ਹੈ ਦੋਸਤੋ ਦੋ ਦਿਨ ਕੇ ਬਾਅਦ ਆਜ ਸੇ ਦੋ ਦਿਨ ਕੇ ਬਾਅਦ ਮੈਂ ਸੀਐਮ ਕੀ ਕੁਰਸੀ ਸੇ ਇਸਤੀਫਾ ਦੇਣੇ ਜਾ ਰਹਾ ਹੂੰ ਔਰ ਮੈਂ ਤਬ ਤੱਕ ਸੀਐਮ ਕੀ ਕੁਰਸੀ ਪੇ ਨਹੀਂ ਬੈਠੂੰਗਾ ਜਬ ਤੱਕ ਜਨਤਾ ਆਪਣਾ ਫੈਸਲਾ ਨਾ ਸੁਣਾ ਦੇ ਮੈਂ ਜਨਤਾ ਕੇ ਬੀਚ ਮੇ ਜਾਊਂਗਾ ਗਲੀ ਗਲੀ ਮੇ ਜਾਊਂਗਾ ਘਰ ਘਰ ਮੇ ਜਾਊਂਗਾ ਔਰ ਜਬ ਤੱਕ ਜਨਤਾ ਆਪਣਾ ਫੈਸਲਾ ਨਾ ਸੁਣਾ ਦੇ ਕਿ ਕੇਜਰੀਵਾਲ ਇਮਾਨਦਾਰ ਹੈ ਤਬ ਤੱਕ ਮੈਂ ਸੀਐਮ ਕੀ ਕੁਰਸੀ ਕੇ ਉੱਪਰ ਨਹੀਂ ਬੈਠੂੰਗਾ ਤਾਂ ਤੁਸੀਂ ਸੁਣਿਆ ਹੈ ਕਿ ਕੇਜਰੀਵਾਲ ਵੱਲੋਂ ਬੀਤੇ ਦਿਨ ਹੀ ਐਤਵਾਰ ਨੂੰ ਇਹ ਵੱਡਾ ਐਲਾਨ ਕੀਤਾ ਗਿਆ ਕਿ ਦੋ ਦਿਨ ਬਾਅਦ ਉਹ ਆਪਣਾ ਅਸਤੀਫਾ ਜਿਹੜਾ ਦੇਣਗੇ ਅਤੇ ਮੁੱਖ ਮੰਤਰੀ ਦੀ ਕੁਰਸੀ ਹੈ ਜਿਹੜੀ ਉਹ ਛੱਡਣਗੇ ਤਾਂ ਇਸ ਤੋਂ ਬਾਅਦ ਹੁਣ ਜਿਹੜਾ ਦੋ ਦਿਨ ਦਾ ਗੈਪ ਸੀਗਾ ਉਸ 'ਤੇ ਵੱਡੀ ਜਿਹੜੇ ਸਵਾਲ ਖੜ੍ਹੇ ਹੋ ਰਹੇ ਸੀ ਕਿ ਆਖਿਰਕਾਰ ਦੋ ਦਿਨ ਕਿਉਂ ਤਾਂ ਹੁਣ ਕਿਤੇ ਨਾ ਕਿਤੇ ਸਿਆਸੀ ਗੇਮ ਆ ਜਿਹੜੀ ਉਹ ਜ਼ਰੂਰ ਕਮਾ ਕੇ ਰੱਖ ਦਿੱਤੀ ਆ ਕੇਜਰੀਵਾਲ ਨੇ ਕਿਉਂਕਿ ਦੋ ਦਿਨ ਬਾਅਦ ਐਤਵਾਰ ਤੋਂ ਵਿੱਚ ਜਿਹੜੇ ਦੋ ਦਿਨ ਆ ਰਹੇ ਨੇ ਤਾਂ ਦੋ ਦਿਨ ਬਾਅਦ ਦਾ ਮਤਲਬ 17 ਸਤੰਬਰ ਨੂੰ ਅਸਤੀਫਾ ਦੇਣਗੇ ਤਾਂ ਅਸਤੀਫਾ ਜਿਹੜਾ ਉਹ ਜਿਵੇਂ ਹੀ ਦਿੱਤਾ ਜਾਏਗਾ ਤਾਂ ਕਿਤੇ ਨਾ ਕਿਤੇ ਸਿਆਸੀ ਪਾਰਾ ਜਿਹੜਾ ਉਹ ਪੂਰੇ ਸਿਖਰਾਂ 'ਤੇ ਹੋਵੇਗਾ ਅਤੇ ਉੱਧਰ ਜਸ਼ਨ ਆ ਜਿਹੜੇ ਬੀਜੇਪੀ ਦੇ ਪੀਐਮ ਮੋਦੀ ਦੇ ਜਨਮ ਦਿਨ ਵਾਲੇ ਉਹ ਜ਼ਰੂਰ ਕਿਤੇ ਨਾ ਕਿਤੇ ਹਿਲਚੁਲ 'ਚ ਨਜ਼ਰ ਆਉਣਗੇ ਕਿਉਂਕਿ ਇੱਕ ਪਾਸੇ ਤਾਂ ਇੱਕ ਸੂਬੇ ਦਾ ਇੱਕ ਸਟੇਟ ਦਾ ਕਹਿ ਸਕਦੇ ਹੋ ਇੱਕ ਰਾਜ ਦਾ ਕਹਿ ਸਕਦੇ ਹੋ ਇੱਕ ਦਿੱਲੀ ਤਾਂ ਦਿੱਲੀ ਦਾ ਮੁੱਖ ਮੰਤਰੀ ਅਸਤੀਫਾ ਦੇਗਾ ਅਤੇ ਦੂਜੇ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਜਨਮ ਦਿਨ ਮਨਾਇਆ ਜਾਏਗਾ ਅਤੇ ਇਸ ਸਭ ਦੇ ਦਰਮਿਆਨ ਜਿਹੜੀ ਵੱਡੀ ਹਲਚਲ ਹੋਏਗੀ ਉਹ ਕਿੰਨਾ ਕੁ ਜਿਹੜਾ
ਜਿਹੜੀ ਆ ਸਿਆਸੀ ਤੌਰ 'ਤੇ ਹਵਾ ਬਦਲੇਗੀ, ਰੁੱਖ ਬਦਲੇਗੀ, ਕਿਉਂਕਿ ਇਹ ਰੁੱਖ ਦਾ ਜਿਹੜਾ ਅਸਰ ਹੈ ਉਹ ਬੀਜੇਪੀ ਦੇ ਜਿਹੜੇ ਖਾਸ ਕਰਕੇ ਚੋਣ ਪ੍ਰਚਾਰ ਹੈ ਹਰਿਆਣਾ ਵਿੱਚ ਚੱਲ ਰਿਹਾ ਉਸ 'ਤੇ ਵੀ ਪੈਂਦਾ ਹੋਇਆ ਨਜ਼ਰ ਆ ਸਕਦਾ ਹੈ। ਅਤੇ ਕੇਜਰੀਵਾਲ ਦੇ ਇਸ ਐਲਾਨ ਤੋਂ ਬਾਅਦ ਹੁਣ ਵੱਖ ਵੱਖ ਸਿਆਸੀ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਅਗਲਾ ਦਿੱਲੀ ਦਾ ਮੁੱਖ ਮੰਤਰੀ ਕਿਸ ਨੂੰ ਬਣਾਇਆ ਜਾਣਾ, ਵੱਖ ਵੱਖ ਜਿਹੜੇ ਲੀਡਰਾਂ ਦੇ ਭਰੋਸਾ ਜਿਹੜਾ ਜਤਾਇਆ ਜਾ ਰਿਹਾ ਅੰਦਰ ਖਾਤੇ ਤੋਂ ਅੰਦਰੂਨੀ ਜਿਹੜੀ ਆ ਹਲਚਲ ਉਹ ਵੱਖ ਵੱਖ ਨਜ਼ਰ ਆ ਰਹੀ ਆ, ਵੱਖ ਵੱਖ ਬਿਆਨਬਾਜ਼ੀਆਂ ਨਜ਼ਰ ਆ ਰਹੀਆਂ ਨੇ। ਪਰ ਕਿਤੇ ਨਾ ਕਿਤੇ ਇੱਕ ਵਾਰ ਫਿਰ ਕੇਜਰੀਵਾਲ ਨੇ ਵੱਡਾ ਸਿਆਸੀ ਧਮਾਕਾ ਕਰ ਦਿੱਤਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦਾ ਜੋ ਜਨਮ ਦਿਨ ਦੇ ਜਸ਼ਨ ਨੇ ਉਹ ਮਨਾਏ ਜਾਣੇ ਨੇ, ਪਰ ਉਸ ਤੋਂ ਪਹਿਲਾਂ ਹੀ ਕਿਤੇ ਨਾ ਕਿਤੇ ਇਹ ਜਸ਼ਨ ਫਿੱਕੇ ਪੈਂਦੇ ਨਜ਼ਰ ਆ ਰਹੇ ਨੇ। ਕਿਉਂਕਿ ਇੱਕ ਪਾਸੇ ਦੇਸ਼ ਦਾ ਪ੍ਰਧਾਨ ਮੰਤਰੀ ਜਨਮਦਿਨ ਮਨਾ ਰਿਹਾ ਹੋਵੇਗਾ ਅਤੇ ਦੂਜੇ ਪਾਸੇ ਇੱਕ ਸਟੇਟ ਜਾਂ ਇੱਕ ਰਾਜ ਦਾ ਜਿਹੜਾ ਸੀਐਮ ਆ ਉਹ ਆਪਣਾ ਅਸਤੀਫਾ ਦੇਗਾ ਅਤੇ ਆਪਣੇ ਅਸਤੀਫੇ ਤੋਂ ਬਾਅਦ ਸਿਆਸੀ ਹਲਚਲ ਜਿਹੜੀ ਆ ਵੱਖਰੇ ਤੌਰ 'ਤੇ ਕਰਦੇ ਨਜ਼ਰ ਆਉਣਗੇ ਕੇਜਰੀਵਾਲ। ਦੇਖਣਾ ਹੋਵੇਗਾ ਕਿ ਭਲਕੇ ਜਿਹੜੀ ਆ ਹਲਚਲ ਹੈ ਦੇਸ਼ ਦੀ ਸਿਆਸਤ 'ਚ ਉਹ ਕੀ ਕੁਝ ਰਹਿਣ ਵਾਲੀ ਹੈ।